सत श्री अकाल दोस्तों, तुहाडा सारिआं दा अपने चैनल जी एस अपडेट्स ते बहुत बहुत स्वागत है। सो इस वेले दी स्कूलों नूं लैके वड्डी अपडेट निकल के आ रही है। जी हाँ दोस्तों, जिवें कि तुसीं सर जाणदे होंगे, पंजाब दे विच करोना दे केसां दी गिणती जो है लगातार घट हो रही है, लेकिन दूजे पासे स्कूलों नूं लैके वड्डी अपडेट निकल के आ रही है। जी हाँ दोस्तों, की है पूरी अपडेट तुहानूं अज दी इस वीडियो दे विच पता चलेगी। सो तुसीं इस वीडियो नूं अंत तक जरूर देखना ते नाल ही अपने दोस्तों मित्रां नूं जरूर शेयर कर देना ਤਾਂ ਜੋ ਹੋਰ ਵਿਦਿਆਰਥੀਆਂ ਨੂੰ ਵਿਜ਼ੇ ਬਾਰੇ ਜਾਣਕਾਰੀ ਮਿਲ ਸਕੇ। ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਹੋਵੇ, ਇੰਸਟਾਗ੍ਰਾਮ 'ਤੇ ਪੁੱਛ ਸਕਦੇ ਹੋ। ਜੀ ਐਸ ਅਪਡੇਟ ਸਾਮ 'ਤੇ ਇੰਸਟਾਗ੍ਰਾਮ ਦੀ ਆਈਡੀ ਹੈ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦਿੱਤੇ ਜਾਣਗੇ। ਸੋ ਜ਼ਿਆਦਾ ਸਮਾਂ ਵੇਸਟ ਨਾ ਕਰਦੇ ਹੋਏ ਚਲੋ ਆਪਾਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਜਿੱਥੇ ਕਿ ਇੱਕ ਪਾਸੇ ਪੰਜਾਬ ਵਿੱਚ ਲਗਾਤਾਰ ਕਰੋਨਾ ਕੇਸਾਂ ਦੀ ਗਿਣਤੀ ਘੱਟ ਹੋ ਰਹੀ ਹੈ, ਲੇਕਿਨ ਪਿਛਲੇ ਕੁਝ ਦਿਨਾਂ ਤੋਂ ਸਕੂਲਾਂ ਦੇ ਵਿੱਚ ਲਗਾਤਾਰ ਕਰੋਨਾ ਪੋਜ਼ਿਟਿਵ ਕੇਸਿਸ ਜੋ ਹਨ ਦੇਖਣ ਨੂੰ ਮਿਲ ਰਹੇ ਹਨ। ਦੋ ਦਿਨ ਪਹਿਲਾਂ ਵੀ ਮੁਕਤਸਰ ਦੇ ਸਕੂਲ ਦੇ ਵਿੱਚ 14 ਵਿਦਿਆਰਥੀ ਜੋ ਹਨ ਕਰੋਨਾ ਪੋਜ਼ਿਟਿਵ ਪਾਏ ਗਏ ਸੀ, ਅਤੇ ਅੱਜ ਇੱਕ ਹੋਰ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ। ਕਰੋਨਾ ਵਾਇਰਸ ਅਪਡੇਟ, 13 ਵਿਦਿਆਰਥੀ ਕਰੋਨਾ ਪੋਜ਼ਿਟਿਵ, ਪਿੰਡ 'ਚ ਦਹਿਸ਼ਤ ਦਾ ਮਾਹੌਲ। ਸੋ 13 ਵਿਦਿਆਰਥੀ ਹੋਰ ਕਰੋਨਾ ਪੋਜ਼ਿਟਿਵ ਪਾਏ ਗਏ ਹਨ। ਹੁਸ਼ਿਆਰਪੁਰ ਦੇ ਤਲਵਾੜਾ ਬਲਾਕ ਅਧੀਨ ਪੈਂਦੇ ਪਿੰਡ ਪਲਹੜ 'ਚ ਸਰਕਾਰੀ ਸਕੂਲ ਦੇ 13 ਵਿਦਿਆਰਥੀ ਕਰੋਨਾ ਪੋਜ਼ਿਟਿਵ ਆਏ, ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। SDM ਮੁਕੇਰੀਆ ਦੇ ਹੁਕਮਾਂ 'ਤੇ ਸਰਕਾਰੀ ਸਕੂਲ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਪਲਵਿੰਦਰ ਕੌਰ ਨੇ ਦੱਸਿਆ ਕਿ ਸਾਰੇ ਬੱਚਿਆਂ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ 'ਚੋਂ 13 ਵਿਦਿਆਰਥੀ ਕਰੋਨਾ ਪੋਜ਼ਿਟਿਵ ਆਏ ਹਨ। ਸੋ ਜੀ ਹਾਂ ਦੋਸਤੋ, ਸਕੂਲ ਨੂੰ ਜੋ ਹੈ ਸਰਕਾਰੀ ਸਕੂਲ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ, ਅਤੇ 13 ਵਿਦਿਆਰਥੀ ਜੋ ਹਨ ਹੁਸ਼ਿਆਰਪੁਰ ਦੇ ਤਲਵਾੜਾ ਬਲਾਕ ਅਧੀਨ ਪੈਂਦੇ ਪਿੰਡ ਪਲਹੜ ਵਿੱਚ ਕਰੋਨਾ ਪੋਜ਼ਿਟਿਵ ਪਾਏ ਗਏ ਹਨ। ਸੋ ਲਗਾਤਾਰ ਸਕੂਲਾਂ ਦੇ ਵਿੱਚ ਹੁਣ ਕਰੋਨਾ ਕੇਸਿਸ ਦਾ ਜੋ ਅੰਕੜਾ ਹੈ ਉਹ ਵੱਧਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਮੁਕਤਸਰ ਦੇ ਇੱਕ ਸਕੂਲ ਦੇ ਅੰਦਰ 14 ਵਿਦਿਆਰਥੀ ਕਰੋਨਾ ਪੋਜ਼ਿਟਿਵ ਪਾਏ ਗਏ ਸੀ, ਜਿਸਦੇ ਵਿੱਚੋਂ 12 ਵਿਦਿਆਰਥੀ 8ਵੀਂ ਜਮਾਤ ਦੇ ਸੀ ਅਤੇ 2 ਵਿਦਿਆਰਥੀ 9ਵੀਂ ਜਮਾਤ ਦੇ ਸੀ। ਸੋ ਅੱਜ ਹੋਰ 13 ਵਿਦਿਆਰਥੀ ਕਰੋਨਾ ਪੋਜ਼ਿਟਿਵ ਪਾਏ ਗਏ ਹਨ, ਜੋ ਕਿ ਅੰਕੜਾ ਜੋ ਹੈ ਡਰਾਉਣ ਵਾਲਾ ਹੈ। ਸੋ ਅੱਗੇ ਜੋ ਵੀ ਅਪਡੇਟ ਆਵੇਗੀ ਤੁਹਾਨੂੰ ਚੈਨਲ ਉੱਪਰ ਅਪਡੇਟ ਕਰ ਦਿੱਤਾ ਜਾਵੇਗਾ। ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ 'ਤੇ ਘੰਟੇ ਬਟਨ ਨੂੰ ਜ਼ਰੂਰ ਦਬਾ ਲਵੋ। ਮਿਲਦੇ ਹਾਂ ਨੈਕਸਟ ਵੀਡੀਓ ਤੱਕ ਲਈ। ਬਾਏ ਬਾਏ, ਟਾਟਾ, ਧੰਨਵਾਦ। ਦੋਸਤੋ, ਅਗਰ ਆਪਣਾ ਵੀ ਸੁਪਨਾ ਹੈ ਨੀਟ ਕਰੈਕ ਕਰਨ ਕਾ ਔਰ ਆਪ ਆਪਣੇ ਸੁਪਨੇ ਕੋ ਹਕੀਕਤ ਮੇਂ ਬਦਲਣਾ ਚਾਹਤੇ ਹੈ, ਤੋ ਅਨਅਕੈਡਮੀ ਲੈ ਕੇ ਆਇਆ ਹੈ ਸਭੀ ਟੌਪ ਐਜੂਕੇਟਰਸ ਕੋ ਅਨਅਕੈਡਮੀ ਪਲੇਟਫਾਰਮ ਪੇ। ਜੀ ਹਾਂ ਦੋਸਤੋ, ਅਨਅਕੈਡਮੀ ਪੇ ਅਵੇਲੇਬਲ ਹੈ ਪਲੱਸ ਔਰ ਆਈਕੋਨਿਕ ਸਬਸਕ੍ਰਿਪਸ਼ਨ। ਅਗਰ ਆਪਕੋ ਚਾਹੀਏ ਸਬਸਕ੍ਰਿਪਸ਼ਨ, ਸੋ ਜਲਦੀ ਸੇ ਸਬਸਕ੍ਰਾਈਬ ਕਰ ਲੀਜੀਏ 30 ਨਵੰਬਰ 2021 ਸੇ ਪਹਿਲੇ, ਕਿਉਂਕਿ 30 ਨਵੰਬਰ ਕੇ ਬਾਅਦ ਜੋ ਹੈ ਪ੍ਰਾਈਸਿਸ ਇਨਕਰੀਜ਼ ਹੋਣੇ ਵਾਲੇ ਹੈ। ਸੋ ਆਪ ਨਿਊ ਪ੍ਰਾਈਸਿਸ ਚੈੱਕ ਕਰ ਸਕਤੇ ਹੈ ਨੀਟ UG ਪਲੱਸ ਐਂਡ ਨੀਟ UG ਆਈਕੋਨਿਕ ਸਬਸਕ੍ਰਿਪਸ਼ਨ ਕੇ ਲੀਏ। ਸੋ ਪ੍ਰਾਈਸਿਸ ਆਰ ਇਨਕਰੀਜ਼ਿੰਗ ਫਰੋਮ 30 ਨਵੰਬਰ। ਸੋ ਜਲਦੀ ਸੇ ਸਬਸਕ੍ਰਾਈਬ ਕਰ ਲੀਜੀਏ ਅਗਰ ਆਪਕੋ ਅਨਅਕੈਡਮੀ ਸਬਸਕ੍ਰਿਪਸ਼ਨ ਚਾਹੀਏ, ਔਰ ਅਗਰ ਆਪ ਆਪਣੇ ਸੁਪਨੇ ਕੋ ਹਕੀਕਤ ਮੇਂ ਬਦਲਣਾ ਚਾਹਤੇ ਹੈ, ਨੀਟ UG ਕੋ ਕਰੈਕ ਕਰਨਾ ਚਾਹਤੇ ਹੈ। ਸੋ 30 ਨਵੰਬਰ ਸੇ ਪਹਿਲੇ ਪਹਿਲੇ ਸਬਸਕ੍ਰਾਈਬ ਕਰ ਲੀਜੀਏ, ਵਰਨਾ ਆਪਕੋ 30 ਨਵੰਬਰ ਕੇ ਬਾਅਦ ਇਨਕਰੀਜ ਪ੍ਰਾਈਸਿਸ ਪੇ ਕਰਨੇ ਹੋਂਗੇ। ਐਂਡ ਸਾਥ ਮੇਂ ਨੀਟ UG ਕੰਬੈਟ ਲਿਆ ਜਾਏਗਾ 28 ਨਵੰਬਰ ਕੋ 11 AM ਪੇ, ਕਲਾਸ 11, 12, and 13 ਕੇ ਸਟੂਡੈਂਟਸ ਕੇ ਲੀਏ, ਜਿਸ ਮੇਂ 45 ਮਿਨਟਸ ਹੋਂਗੇ ਐਂਡ 28 ਕੁਸ਼ਚਨਸ ਆਪਕੋ ਸੋਲਵ ਕਰਨੇ ਹੋਂਗੇ। ਕੁਸ਼ਚਨਸ ਕ੍ਰੀਏਟ ਕੀਏ ਜਾਏਂਗੇ ਟੌਪ ਐਜੂਕੇਟਰ ਕੇ ਦੁਆਰਾ, ਡਿਟੇਲਡ ਵੀਡੀਓ ਸਲਿਊਸ਼ਨ ਮਿਲੇਗਾ ਟੌਪ ਐਜੂਕੇਟਰ ਸੇ, ਰੀਅਲ ਟਾਈਮ ਆਲ ਇੰਡੀਆ ਰੈਂਕ ਬਤਾਇਆ ਜਾਏਗਾ, ਐਂਡ ਸੈਪਰੇਟ ਕੰਟੈਸਟ ਹੋਗਾ ਕਲਾਸ 11, 12, and 13 ਕੇ ਸਟੂਡੈਂਟਸ ਕੇ ਲੀਏ। ਐਂਡ 50 ਲੱਕੀ ਪਾਰਟੀਸਪੈਂਟਸ ਕੋ ਐਮਾਜ਼ਨ ਵਾਊਚਰ ਦਿਆ ਜਾਏਗਾ ਵਰਥ ਰੁਪੀਸ 5000। ਸੋ ਜਲਦੀ ਸੇ ਐਨਰੋਲ ਕਰ ਲੀਜੀਏ ਮੇਰਾ ਕੋਡ GS ਅਪਡੇਟਸ ਟੈਨ ਯੂਜ਼ ਕਰਤੇ ਹੋਏ। ਐਂਡ ਸਾਥ ਮੇਂ ਆਪਕੋ ਸਕੋਲਰਸ਼ਿਪ ਦੀ ਜਾਏਗੀ, 100% ਸਕੋਲਰਸ਼ਿਪ ਵਰਥ 4 ਕਰੋੜ ਰੁਪੀਜ਼। ਸੋ ਜਲਦੀ ਸੇ ਐਨਰੋਲ ਕਰ ਲੀਜੀਏ, ਐਂਡ ਕੰਬੈਟ ਇਜ਼ ਨਾਓ ਔਨ ਵੈਬ, ਐਨਰੋਲ ਨਾਓ। ਸੋ ਜਲਦੀ ਸੇ ਐਨਰੋਲ ਕਰ ਲੀਜੀਏ ਮੇਰਾ ਕੋਡ GS ਅਪਡੇਟਸ ਟੈਨ ਯੂਜ਼ ਕਰਤੇ ਹੋਏ, ਲਿੰਕ ਇਨ ਡਿਸਕ੍ਰਿਪਸ਼ਨ।